ਜੰਗਲਾਂ ਚ ਜਾ ਕੇ ਦੇਖ ਲਓ, ਉਹਨਾਂ ਨੇ ਵੀ ਉੱਥੇ ਕੋਈ ਸ਼ਕਤੀ ਪਾਲੀ ਹੋਈ ਹੈ। ਕਿਸੇ ਨੇ ਮੱਛਰ ਮਗਰਮੱਛ ਨੂੰ ਰੱਬ ਮੰਨਿਆ ਹੋਇਆ, ਕਿਸੇ ਨੇ ਪਾਣੀ ਨੂੰ ਰੱਬ ਮੰਨਿਆ, ਕਿਸੇ ਅੱਗ ਦੇਵਤਾ, ਪਾਣੀ ਦੇਵਤਾ, ਹੋਰ ਕਿੰਨੇ ਹਜ਼ਾਰਾਂ ਹੀ ਦੇਵਤੇ ਬਣਾਏ ਹੋਏ ਹੈ। ਕਿਉਂਕਿ ਇਹ ਸਾਡੀ ਆਤਮਾ ਜੋ ਅੰਦਰੋਂ ਜੀ ਅਕਸ ਪੈਂਦਾ, ਉਹ ਪਾਲਦਾ ਹੈ ਕੋਈ ਉੱਚੀ ਸ਼ਕਤੀ ਨੂੰ। ਇਹ ਇੰਸਟਿੰਕ ਬਣੀ ਹੋਈ ਹੈ ਕਿ ਉੱਚੀ ਸ਼ਕਤੀ ਲੱਭੇ ਕਿਤੋਂ, ਜਿਹੜੀ ਸਾਡੀ ਸਹਾਇਤਾ ਕਰੇ, ਤੇ ਉਹ ਸੱਜੇ ਅਨਸਾਰ ਅਸੀਂ, ਕਿਉਂਕਿ ਸਾਨੂੰ ਕੋਈ ਗਾਇਡ ਕਰਨ ਵਾਲਾ ਨਹੀਂ ਸੀ, ਇਸ ਕਰਕੇ ਅਸੀਂ ਜੰਗਲੀ ਬਣੇ ਹੋਏ ਸੀ। ਅਸੀਂ ਵੀ ਦੇਵਤੇ ਬਣਾ ਲਏ, ਇੱਕ ਨੀ ਕਹਿੰਦੇ ਹਜ਼ਾਰਾਂ ਹੀ ਹੈ, ਕੋਈ 33 ਕਰੋੜ ਦੇਵਤੇ ਬਣੇ। ਫਿਰ ਵੀ ਗੁਰੂ ਬਾਬਾ ਹੋਰ ਮਹਾਂਪੁਰਖ ਆਏ, ਅਵਤਾਰ ਆਏ, ਉਹਨਾਂ ਨੇ ਇਹ ਗੱਲ ਪਹਿਲਾਂ ਦੱਸੀ ਵੀ ਇਹ ਦੇਵਤੇ ਤੁਹਾਡੇ ਕਿਸੇ ਦੇ ਹੱਥ ਕੁਛ ਨਹੀਂ ਹੈ, ਕਰਨ ਕਰਾਵਨ ਹਾਰ ਹੈ, ਅਕਾਲ ਪੁਰਖ, ਤੁਸੀਂ ਉਹਦੇ ਇੱਕ ਦੇ ਮਗਰ ਲੱਗੋ, ਇਹਨਾਂ ਇਹੀ ਤਾਂ ਹਾਲ ਹੁੰਦਾ। ਅਜੇ ਵੀ ਅਸੀਂ ਥੋੜੇ ਚਿਰ ਹੋਇਆ, 10 ਸਾਲ ਹੋਇਆ, ਮੈਂ ਮਲੇਸ਼ੀਆ ਗਿਆ, ਉੱਥੇ 3 ਮੰਦਰ ਚੀਨੀਆਂ ਦੇ, ਕੁਝ 3 ਮੰਦਰ ਅੰਦਰ ਬੱਤੀ ਜਗਦੀ ਹੈ। ਕਹਿੰਦੀ ਜੀ ਇਹ 3 ਸ਼ਕਤੀਆਂ ਹੈ, ਮਨ 3 ਸ਼ਕਤੀਆਂ ਨੂੰ ਮੰਨਦੇ ਚੀਨੇ। ਇਹ ਇੱਕ ਮੰਦਰ ਇੱਕ ਸ਼ਕਤੀ ਦਾ, ਇਹ ਵਿਆਹ ਕਰਾਉਂਦਾ ਹੈਗਾ, ਦੂਸਰਾ ਹੈ ਲਾਭ ਦਿੰਦਾ ਹੈ, ਤੀਸਰਾ ਹੈ ਮੌਤ ਦਾ, ਜਿਹਨੇ ਮੌਤ ਲੈਣੀ ਹੋਵੇ, ਜਿਹਨੇ ਮਰਨਾ ਹੋਵੇ ਤੇ ਉਹ ਉੱਥੇ ਜਾ ਪੂਜਦਾ, ਜਿਹਨੇ ਵਿਆਹ ਕਰਾਉਣਾ ਹੋਵੇ ਤੇ ਉੱਥੇ ਜਾ ਪੂਜਦਾ। ਉਹ ਉੱਥੇ ਤਾਂ 3 ਹੈ ਜੇ 33 ਕਰੋੜ ਦੇਵਤੇ ਬਣਾਈ ਫਿਰਦੇ। ਸੋ ਤੇ ਗੁਰੂ ਸਾਹਿਬ ਕਹਿੰਦੇ ਭਾਈ ਸਭ ਫਜ਼ੂਲ ਹੈ, ਪਖੰਡ ਹੈ, ਇੱਕ ਤੇ ਲਿਆਉਣ ਵਾਸਤੇ ਉਹ ਤਾਂ ਗੁਪਤ ਹੈ, ਇੱਕ ਤਾਂ ਗੁਪਤ ਹੈ, ਪ੍ਰਚੰਡ ਹੋਵੇ ਗੁਪਤ, ਗੁਪਤ ਨੂੰ ਪ੍ਰਚੰਡ ਕੌਣ ਵਿਚਾਲੇ ਹੈ, ਸਾਡੇ ਕੀ ਹੈ, ਮੈਂ ਦੇਖ ਲਓ ਚਿਮਨੀ ਚੜੀ ਹੋਈ ਹੈ, ਉਹਨੂੰ ਅਸੀਂ ਆਪ ਪੇਂਟਿੰਗ ਕਰਕੇ ਕਾਲਾ ਕੀਤਾ ਪਿਆ। ਫਿਰ ਉਹ ਤਾਂ ਸਾਨੂੰ ਮਨ ਤਾਂ ਬਾਹਰ ਮੁਖੀ ਹੈ ਨਾ, ਇਹਨੂੰ ਤਾਂ ਭੁੱਲ ਹੀ ਗਿਆ ਕਿ ਮੇਰੇ ਅੰਦਰ ਜੋਤ ਜਗਦੀ ਹੈ, ਆਹ ਸਾਡੀ ਹਾਲਤ ਹੈ, ਭੁੱਲ ਗਏ ਕਈ ਕਦੇ ਨਾਸਤਕ ਹੋਏ ਸੱਜਿਆ ਦੀ ਮਜੋਰਟੀ ਹੈ ਦੁਨੀਆ ਦੀ ਨਾਸਤਕ, ਇਸੇ ਕਰਕੇ ਉਹ ਕਹਿੰਦੇ ਨਹੀਂ ਰੱਬ ਰੂਪ ਕੋਈ ਨੀ ਬਈ, ਆਹ ਸਾਡੇ ਸਿੱਖਾਂ ਚ ਨਾਸਤਕ ਹੋਏ ਸੱਜੇ, ਇਹੀ ਜੀ ਬਾਣੀ ਹੁੰਦਿਆਂ ਹੋਇਆ ਨਾਸਤਕ ਜਿਹੜਾ ਨਾ ਮੰਨਦਾ ਹੋਵੇ, ਕਿਉਂਕਿ ਜੋ ਦਿਸਦੀ ਨੀ ਹੈ ਚੀਜ਼ ਤਾਂ ਫਿਰ ਨਾ ਮੰਨੋ, ਕਿੰਨਾ ਪੜ੍ਹੀ ਚਲੋ, ਕਿੰਨਾ ਸਮਝਾਈ ਚਲੋ, ਕਿੰਨਾ ਨਾ ਮੰਨੋ, ਫਿਰ ਇਹਨਾਂ ਫਿਰ ਮਜ਼ਹਬ ਬਣ ਗਿਆ। ਮਜ਼ਹਬ ਕੀ, ਮਜ਼ਹਬ ਕੀ ਚੀਜ਼ ਹੈ, ਜੀਵ ਨੂੰ ਮੁੜ ਕੇ ਆਪਣੇ ਸੋਮਾ ਅਕਾਲ ਪੁਰਖ ਨਾਲ ਮੇਲ ਕਰਾਉਣ ਦੇ ਦਾ ਜ਼ਰੀਆ ਹੈ, ਮੀਨਸ ਹੈ, ਉਹ ਮਜ਼ਹਬ ਹੈ ਮੀਨਸ। ਤੇ ਅਸੀਂ ਕੀ ਸਮਝਿਆ, ਹਾਂ ਜੀ ਮੈਂ
ਮੈਨੂੰ ਰੱਬ ਨੇ ਮੁੰਡਾ ਦੇ ਦਿੱਤਾ, ਬਸ ਮੈਂ ਫਲਾਨੇ ਨੂੰ ਪੂਜਾ ਕੀਤੀ ਸੀ, ਉਹਨੇ ਉੱਥੋਂ ਗਏ ਤੇ ਮੁੰਡਾ ਮਿਲ ਗਿਆ, ਬਸ ਉਹੀ ਰੱਬ ਬਣ ਗਿਆ ਸਾਡਾ। ਉਹ ਰੱਬ ਮੁੰਡਾ ਦੇਣ ਵਾਲਾ ਤਾਂ ਹੋਰ ਹੈ ਕੋਈ। ਸੋ ਅਸੀਂ ਆਪਣੀਆਂ ਗਰਜਾਂ ਜਿੱਥੋਂ ਪੂਰੀਆਂ ਹੁੰਦੀਆਂ, ਜਿੰਨੇ ਜਿਸ ਦੇਵਤੇ ਕੋਲ ਉਸ ਨੂੰ ਪੁੱਜੀ ਜਾਂਦੇ, ਜਿਵੇਂ ਚੀਨੇ ਆ ਗਰਜਾਂ ਪੂਰੀਆਂ ਕਰਨ ਵਾਲੇ। ਹੁਣ ਹੋਰਨਾਂ ਨੂੰ ਤਪੇ, ਹੁਣ ਸਾਨੂੰ ਕੀ? ਉਹ ਸਾਡਾ ਗੁਰੂ ਗ੍ਰੰਥ ਸਾਹਿਬ, ਸਾਡਾ ਗੁਰੂ ਬਾਣੀ ਰੂਪ ਗੁਰੂ ਸਾਨੂੰ ਦੱਸਦਾ ਹੈ ਕਿ ਤੁਸੀਂ ਇੱਕ ਦੇ ਪੁਜਾਰੀ ਹੋ ਤੇ ਤੁਸੀਂ ਇਹਨਾਂ ਗੱਲਾਂ ਚ ਨਾ ਪਾਓ।